ਹੈਲੋ ਫਰੈਂਡਸ ਹਾਈ ਫਾਈ ਜੀ ਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਇਸ ਵੀਡੀਓ ਰਹੀ ਮੈਂ ਤੁਹਾਨੂੰ ਪੰਜਾਬੀ ਤੋਂ ਇੰਗਲਿਸ਼ ਜਿਹੜੇ ਸੈਂਟੈਂਸ ਨੇ ਟਰਾਂਸਲੇਸ਼ਨ ਦੇ ਉਹ ਕਵਰ ਕਰਵਾ ਰਹੀ ਆ ਇਹਦੇ ਵਿੱਚ ਮੈਂ ਬਿਲਕੁਲ ਬੇਸਿਕ ਸੈਂਟੈਂਸ ਚੂਜ਼ ਕਰਿਆ ਹੋਇਆ ਇਸ ਲਈ ਤਾਂ ਕਿ ਜਿਨ੍ਹਾਂ ਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਜਾਂ ਜਿਨ੍ਹਾਂ ਨੂੰ ਥੋੜੀ-ਬਹੁਤ ਆਉਂਦੀ ਆ ਉਹ ਇਹਨਾਂ ਦੀ ਪ੍ਰੈਕਟਿਸ ਕਰਕੇ ਆਪਣੇ ਆਪ ਵਿੱਚ ਜਿਹੜੀ ਇੰਪਰੂਵਮੈਂਟ ਉਹ ਲਿਆ ਸਕਣ ਤਾਂ ਕਿ ਉਹ ਬੈਟਰ ਇੰਗਲਿਸ਼ ਬੋਲ ਸਕਣ ਇਹਦੇ ਵਿੱਚ ਡੇਲੀ ਯੂਜ਼ ਜਿਹੜੀਆਂ ਵੀ ਆਪਾਂ ਮਤਲਬ ਗੱਲਾਂ ਡੇਲੀ ਪੰਜਾਬੀ ਵਿੱਚ ਬੋਲਦੇ ਆ ਹਨਾ ਉਹਨਾਂ ਨੂੰ ਆਪਾਂ ਇੰਗਲਿਸ਼ 'ਚ ਬੋਲ ਸਕਦੇ ਆ ਉਹ ਲਿਖੀਆਂ ਹੋਈਆਂ ਨੇ ਜਿਵੇਂ ਪੇਰੈਂਟਸ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾ ਸਕਦੇ ਨੇ ਖੁਦ ਵੀ ਬੋਲ ਸਕਦੇ ਨੇ ਇਹਦੇ ਨਾਲ ਜਿਹੜੇ ਹੈਗੇ ਆਪਣੀ ਪਰਸਨੈਲਿਟੀ ਵੀ ਇੱਕ ਤਰ੍ਹਾਂ ਨਾਲ ਡਿਵੈਲਪ ਹੁੰਦੀ ਆ ਜਦੋਂ ਆਪਾਂ ਇਹਨਾਂ ਨੂੰ ਇੰਗਲਿਸ਼ ਵਿੱਚ ਯੂਜ਼ ਕਰਦੇ ਆ ਉਹਨੂੰ ਮੋਖਰਾ ਕਈ ਮੈਂ ਜਿਹੜੀ ਹੈਗੀ ਆ ਇਹ ਟਰਾਂਸਲੇਸ਼ਨ ਸੀਰੀਜ਼ ਤੁਹਾਡੇ ਲਈ ਸ਼ੁਰੂ ਕੀਤੀ ਆ ਤੇ ਮੈਂ ਬਿਲਕੁਲ ਲੋ ਲੈਵਲ ਤੋਂ ਚੱਕੀ ਆ ਕਿਉਂਕਿ ਜੇ ਮੈਂ ਹਾਈ ਲੈਵਲ ਤੋਂ ਚੱਕਦੀ ਤਾਂ ਤੁਹਾਨੂੰ ਉਹਦੀ ਕੋਈ ਸਮਝ ਨਹੀਂ ਆਉਣੀ ਸੀਗੀ ਉਹਦਾ ਫਾਇਦਾ ਕੋਈ ਨਹੀਂਗਾ ਇਸ ਲਈ ਆਪਾਂ ਸਟਾਰਟਿੰਗ ਤੋਂ ਇਸ ਨੂੰ ਪੜਾਂਗੇ ਤਾਂ ਕਿ ਜਿਹੜਾ ਹੈਗਾ ਹੌਲੀ 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 ਆਪਣੇ ਵਿੱਚ ਇੰਪਰੂਵਮੈਂਟ ਆਵੇ ਠੀਕ ਹੈ ਜੀ ਇਸੇ ਜਿਹੜਾ ਹੈਗਾ ਟੌਪਿਕ ਨੂੰ ਮੁੱਖ ਰੱਖਦੇ ਹੋਏ ਅੱਜ ਦੀ ਆਪਾਂ ਇਹ ਸੀਰੀਜ਼ ਸ਼ੁਰੂ ਕਰਦੇ ਆਂ ਤੇ ਇਹਨਾਂ ਸੀਰੀਜ਼ ਰਾਹੀਂ ਮੈਂ ਤੁਹਾਨੂੰ 1000 ਪਲੱਸ ਜਿਹੜੇ ਨੇ ਟਰਾਂਸਲੇਸ਼ਨ ਸੈਂਟੈਂਸ ਕਵਰ ਕਰਵਾਉਂਗੀ ਆਵਾਜ਼ ਦੀ ਇਹ ਸੀਰੀਜ਼ ਨੂੰ ਦੇਖਦੇ ਆਂ ਇਹ ਇੱਕ ਕੁਰਸੀ ਹੈ ਦਿਸ ਇਜ਼ ਅ ਚੇਅਰ ਇਹ ਇੱਕ ਮੇਜ਼ ਹੈ ਦਿਸ ਇਜ਼ ਅ ਟੇਬਲ ਮੈਂ ਇੱਕ ਵਿਦਿਆਰਥੀ ਹਾਂ ਆਈ ਏਮ ਅ ਸਟੂਡੈਂਟ ਉਹ ਇੱਕ ਅਧਿਆਪਕ ਹੈ ਹੀ ਇਜ਼ ਆ ਟੀਚਰ ਮੇਰੇ ਪਿਤਾ ਜੀ ਇੱਕ ਮਿਸਤਰੀ ਹਨ ਮਾਈ ਫਾਦਰ ਇਜ਼ ਆ ਮੇਸ਼ਨ ਔਰ ਮਕੈਨਿਕ ਮੇਰੀ ਮਾਤਾ ਜੀ ਇੱਕ ਘਰੇਲੂ ਔਰਤ ਹੈ ਮਾਈ ਮਦਰ ਇਜ਼ ਆ ਹਾਊਸ ਵਾਈਫ ਇਹ ਇੱਕ ਵੱਡੀ ਲਾਇਬ੍ਰੇਰੀ ਹੈ ਥਿਸ ਇਜ਼ ਆ ਬਿਗ ਲਾਇਬ੍ਰੇਰੀ ਇਹ ਇੱਕ ਖੇਡ ਦਾ ਮੈਦਾਨ ਹੈ ਥਿਸ ਇਜ਼ ਆ ਪਲੇਗਰਾਉਂਡ ਮੇਰੇ ਕੋਲ ਇੱਕ ਕਲਮ ਹੈ ਆਈ ਹੈਵ ਆ ਪੈਨ ਉਸ ਦੇ ਕੋਲ ਇੱਕ ਨਵੀਂ ਬੋਤਲ ਹੈ ਹੀ ਹੈਜ਼ ਆ ਨਿਊ ਬੋਟਲ ਅੱਜ ਬਹੁਤ ਗਰਮੀ ਹੈ ਇਟ ਇਜ਼ ਵੈਰੀ ਹੋਟ ਟੂਡੇ ਇਹ ਇੱਕ ਵਧੀਆ ਦਿਨ ਹੈ ਇਟ ਇਜ਼ ਆ ਫਾਈਨ ਡੇ ਟੂਡੇ ਬੁੰਦਾ ਬੰਦੀ ਹੋ ਰਹੀ ਹੈ ਇਟ ਇਜ਼ ਡ੍ਰਿਜ਼ਲਿੰਗ ਵਰਖਾ ਹੋ ਰਹੀ ਹੈ ਇਟ ਇਜ਼ ਰੇਨਿੰਗ ਇਹ ਇੱਕ ਸੁੰਦਰ ਤਸਵੀਰ ਹੈ ਇਟ ਇਜ਼ ਆ ਬਿਊਟੀਫੁਲ ਪਿਕਚਰ ਮੇਰੇ ਕੋਲ ਇੱਕ ਪਾਲਤੂ ਕੁੱਤਾ ਹੈ ਆਈ ਹੈਵ ਆ ਪਿਟ ਡੋਗ ਇਹ ਇੱਕ ਵੱਡਾ ਬਾਗ ਹੈ ਇਟ ਇਜ਼ ਅ ਬਿਗ ਗਾਰਡਨ ਮੇਰਾ ਸਕੂਲ ਬਹੁਤ ਵੱਡਾ ਹੈ ਮਾਈ ਸਕੂਲ ਇਜ਼ ਵੈਰੀ ਬਿਗ ਮੈਨੂੰ ਮੇਰੇ ਸਕੂਲ ਨਾਲ ਪਿਆਰ ਹੈ ਆਈ ਲਵ ਮਾਈ ਸਕੂਲ ਇਹ ਇੱਕ ਸੇਬ ਹੈ ਦਿਸ ਇਜ਼ ਐਨ ਐਪਲ ਇਹ ਮੇਰੀ ਨਵੀਂ ਸਾਈਕਲ ਹੈ ਦਿਸ ਇਜ਼ ਮਾਈ ਨਿਊ ਬਾਈਸਾਈਕਲ ਇਹ ਮੇਰੀ ਘੜੀ ਹੈ ਦਿਸ ਇਜ਼ ਮਾਈ ਵਾਚ ਅੱਜ ਮੇਰਾ ਜਨਮ ਦਿਨ ਹੈ ਟੂਡੇ ਇਜ਼ ਮਾਈ ਬਰਥਡੇ ਉਹ ਮੇਰੀ ਕਿਤਾਬ ਹੈ that is my book ਉਹ ਅੰਬ ਮਿੱਠੇ ਹਨ those mangoes are sweet ਹਾਂਜੀ ਇਹਦੇ ਨਾਲ ਹੀ ਜਿਹੜੇ 25 ਸੈਂਟੈਂਸ ਮੈਂ ਕਵਰ ਕਰਵਾਏ ਆ ਤੁਸੀਂ ਬਾਰ-ਬਾਰ ਇਹਨਾਂ ਦੀ ਪ੍ਰੈਕਟਿਸ ਕਰੋ ਡੇਲੀ ਰੁਟੀਨ ਵਿੱਚ ਇਹਨਾਂ ਨੂੰ ਬੋਲੋ ਤਾਂ ਤੁਸੀਂ ਆਪਣੀ ਇੰਗਲਿਸ਼ ਜਿਹੜੀ ਲੈਂਗੁਏਜ ਬੋਲਣ ਵਿੱਚ ਆ ਇੰਪਰੂਵਮੈਂਟ ਲਿਆ ਸਕਦੇ ਹੋ ਆਈ ਹੋਪ ਕਿ ਤੁਹਾਨੂੰ ਅੱਜ ਦੀ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ Thank you.